ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਪ੍ਰੀਤ ਸਿੰਘ ਦਿਹੜੂ। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਾਠਾ ਕਲਾਂ ਨੇੜੇ ਖਮਾਣੋ। ਪਿਛਲੇ ਦਿਨ ਹੀ ਮੈਂ ਇੱਕ ਵੀਡੀਓ ਜਿਹੜੀ ਭਾਈ ਸਾਹਿਬ ਭਾਈ ਜੰਗ ਸਿੰਘ ਦੀ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਇੱਕ ਲੜਕੀ ਜਿਹੜੀ ਬਾਠਾ ਕਲਾਂ ਤੋਂ ਭਾਈ ਤ੍ਰਿਲੋਕ ਸਿੰਘ ਦੀ, ਇਹਨਾਂ ਦੀ ਲੜਕੀ ਦੀ ਸ਼ਾਦੀ ਆ 26 ਮਾਰਚ ਦੀ। ਸੋ ਉਹਨਾਂ ਨੇ ਵੀਡੀਓ ਵਿੱਚ ਕਿਹਾ ਸੀ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਉਹਨਾਂ ਨੂੰ ਵੀ ਮਦਦ ਜਿਹੜੀ ਉਹਨਾਂ ਦੀ ਕੀਤੀ ਜਾਵੇ। ਸੋ ਉਸ ਦੇ ਸੰਬੰਧ ਦੇ ਵਿੱਚ ਮੈਂ ਅੱਜ ਇਹਨਾਂ ਕੋਲ ਹਾਜ਼ਰ ਹੋਇਆ ਅਤੇ ਕੁਝ ਤਿਲ ਫੁੱਲ ਜਿਹੜੀ ਆ ਮੈਂ ਲੈ ਕੇ ਇਹਨਾਂ ਕੋਲੋਂ ਆਇਆ। ਅਤੇ ਜਿਹੜੀ ਇਹ 5000 ਰੁਪਈਆ ਜਿਹੜਾ ਮੈਂ ਇਹਨਾਂ ਨੂੰ ਦੇ ਕੇ ਜਾ ਰਿਹਾ, ਅਤੇ ਮਾਇਆ ਜਿਹੜੀ ਭੇਜੀ ਗਈ ਆ ਇਹ ਕੈਨੇਡਾ ਤੋਂ ਸਰਦਾਰ ਗੁਰਵਿੰਦਰ ਸਿੰਘ ਜੀ ਮੇਰੇ ਵਾਲਦ ਸਾਹਿਬ ਉਹਨਾਂ ਵੱਲੋਂ ਭੇਜੀ ਗਈ ਹੈ ਜੀ। ਅਤੇ ਹੋਰ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ 26 ਮਾਰਚ ਦੀ ਜਿਹੜੀ ਸ਼ਾਦੀ ਹੈ ਇਹਨਾਂ ਦੀ ਲੜਕੀ ਦੀ ਆ, ਲੜਕੀ ਆਪਣੇ ਕੋਲ ਖੜ੍ਹੀ ਹੈ, ਅਤੇ ਮੈਂ ਹੱਥ ਬੰਨ੍ਹ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ, ਥੋੜ੍ਹੇ ਤੋਂ ਥੋੜ੍ਹਾ, ਬਹੁਤੇ ਤੋਂ ਬਹੁਤਾ, ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰਦੇ ਨੇ। ਅਤੇ ਇਸ ਲੜਕੀ ਦੀ ਸ਼ਾਦੀ ਦੇ ਵਿੱਚ ਤੁਸੀਂ ਜਿੰਨਾ ਵੀ ਸਹਿਯੋਗ ਦੇ ਸਕਦੇ ਹੋ ਵੱਧ ਤੋਂ ਵੱਧ ਉਹ ਆਪਣਾ ਸਹਿਯੋਗ ਦੇਵੋ। ਅਤੇ ਮੈਂ ਆਪਣੇ ਵੱਲੋਂ ਤਿਲ ਫੁੱਲ ਜੋ ਲੈ ਕੇ ਆਇਆ, ਹਾਲਾਂਕਿ ਬਹੁਤ ਵੱਡੀ ਰਕਮ ਨਹੀਂ ਹੈ, ਪਰ ਫਿਰ ਵੀ ਇਹਨਾਂ ਨੂੰ ਮੈਂ 5000 ਰੁਪਈਆ ਆ ਲਉਂਗੀ, ਇਹ ਮੈਂ ਇਹਨਾਂ ਨੂੰ ਦੇ ਕੇ ਚੱਲਿਆ ਜੀ। ਸੋ ਮੇਰੀ ਬੇਨਤੀ ਆ ਸਮੂਹ ਸਿੱਖ ਸੰਗਤ ਅੱਗੇ ਕਿ 26 ਤਰੀਕ ਦੀ ਇਸ ਲੜਕੀ ਦੀ ਸ਼ਾਦੀ ਹੈ ਜੀ, ਤਾਂ ਤੁਸੀਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿੰਨੀ ਵੀ ਬਹੁਤ ਥੋੜ੍ਹੀ ਤੋਂ ਥੋੜ੍ਹੀ, ਬਹੁਤੀ ਤੋਂ ਬਹੁਤੀ ਜਿੰਨੀ ਵੀ ਮਦਦ ਹੋ ਸਕਦੀ ਹੈ। ਸੋ ਮੈਂ ਭਾਈ ਜੰਗ ਸਿੰਘ ਦੀ ਹੁਣ ਧੰਨਵਾਦ ਕਰਦਾ, ਉਹਨਾਂ ਨੇ ਜਿਹੜੀ ਇੱਕ ਵੀਡੀਓ ਬਣਾ ਕੇ ਇਹ ਪਾਈ ਸੀ ਅਤੇ ਉਹਨਾਂ ਨੇ ਮੇਰੇ ਕੋਲ ਗੱਲ ਕੀਤੀ, ਅਤੇ ਇਸ ਲਈ ਅਸੀਂ ਅੱਜ ਪਿੰਡ ਬਾਠਾ ਕਲਾਂ ਵਿੱਚ ਪਹੁੰਚੇ ਹਾਂ। ਸੋ ਮੈਂ ਸਾਰਿਆਂ ਧੰਨਵਾਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।